ਲੋਕਾਂ ਪਿੱਛੇ ਲੱਗ ਕੇ, ਪੁਜਾਰੀਆਂ ਪਿੱਛੇ ਲੱਗ ਕੇ। ਇੱਦਾਂ ਨਾ ਹੋਵੇ ਕਿ ਸੁਪਨੇ ਸੁਪਨੇ ਹੀ ਰਹਿ ਜਾਣ। ਸੁਪਨਿਆਂ ਨੂੰ ਰਿਐਲਿਟੀ ਬਣਾਓ। ਤਾਂ ਰਿਐਲਿਟੀ ਉਦੋਂ ਹੀ ਬਣ ਸਕਦੀ ਆ ਜਦੋਂ ਤੁਸੀਂ ਆਪਣੇ ਆਪ ਵਿੱਚ ਵਿਸ਼ਵਾਸ ਕਰੋਗੇ, ਆਪਣੇ ਆਪ 'ਤੇ ਭਰੋਸਾ ਰੱਖੋਗੇ, ਆਪਣੇ ਆਪ 'ਤੇ ਯਕੀਨ ਕਰੋਗੇ। ਆਪਾਂ ਕੁਦਰਤ ਦਾ ਹਿੱਸਾ ਹੀ ਹਾਂ। ਵੀ ਆਰ ਪਾਰਟ ਆਫ ਦੈਟ ਕ੍ਰੀਏਸ਼ਨ, ਵੀ ਆਰ ਕ੍ਰੀਏਟਰਸ ਆਰਸੈਲਵਸ। ਦ ਡੇ ਵੀ ਅੰਡਰਸਟੈਂਡ ਦੈਟ ਯੂਨੀਵਰਸਲ ਐਨਰਜੀ ਇਜ਼ ਵਿਦਇਨ ਅਸ, ਵਾਈ ਹੈਵ ਡਿਜ਼ਾਇਰਸ ਔਰ ਵਾਈ ਹੈਵ ਹੋਪ ਔਨ ਦੀਸ ਪ੍ਰੀਸਲੀ ਪੀਪਲ? When we understand that we need to do everything ourselves, when we understand I need to believe in myself, I can do this, then it won't be in your mind that someone else will do it. You understand that mainu aap karna paina, I have to do it myself. Jis din eh bharosa bajj gaya tera ke main karanga, main kar sakda, je oh parmatma di energy, universal energy beyantya limitlessya, ਤਾਂ ਮੈਂ ਵੀ ਫਿਰ ਉਹਦਾ ਹਿੱਸਾ। ਤਾਂ ਇਹਦਾ ਮਤਲਬ ਮੈਂ ਵੀ ਬੇਅੰਤ ਹਾਂ, ਤਾਂ ਮੈਂ ਵੀ ਲਿਮਿਟਲੈਸ ਹਾਂ। ਇਫ ਦੈਟ ਐਨਰਜੀ, ਯੂਨੀਵਰਸਲ ਐਨਰਜੀ ਇਜ਼ ਲਿਮਿਟਲੈਸ, ਦੈਨ ਆਈ ਐਮ ਲਿਮਿਟਲੈਸ ਟੂ। ਸੋ ਨਥਿੰਗ ਇਜ਼ ਇੰਪੋਸੀਬਲ, ਇਟਸ ਪੋਸੀਬਲ ਵੈਨ ਆਈ ਸਟਾਰਟ ਬਿਲੀਵਿੰਗ ਇਨ ਮਾਈਸੈਲਫ। ਜ਼ਿੰਦਗੀ ਵਿੱਚ ਇੱਦਾਂ ਦੀਆਂ ਮੁਸ਼ਕਤਾਂ ਘਾਲ ਲੀਆਂ ਹੋਣੀਆਂ ਤੁਸੀਂ, ਜਿਹੜੇ ਅੱਜ ਆਪਾਂ ਵੇਖਦੇ ਹਾਂ ਤਾਂ ਸੋਚਦੇ ਹਾਂ ਯਾਰ ਇਹ ਮੈਂ ਕਰ ਸਕਦਾ ਸੀ, ਪਰ ਕੀਤਾ ਕਿਹਨੇ? ਤੂੰ ਕੀਤਾ, ਤੇਰੀ ਮਿਹਨਤ ਕਰਕੇ, ਤੇਰੀ ਐਫਰਟ ਕਰਕੇ, ਤੇਰੀ ਯਕੀਨ, ਤੇਰਾ ਭਰੋਸਾ ਜਿਹੜੇ ਆਪਣੇ ਆਪ ਵਿੱਚ ਸੀ ਕਿ ਮੈਂ ਕਰ ਸਕਦਾ ਹਾਂ। ਇੱਕ ਤਾਂ ਯਕੀਨ ਹੋਰਾਂ 'ਤੇ ਰੱਖਣਾ, ਡਿਪੈਂਡ ਕਰਨਾ ਕਿਸੇ 'ਤੇ, ਇੱਕ ਇੰਡੀਪੈਂਡੈਂਟ ਹੋ ਕੇ ਜਦੋਂ ਤੂੰ ਆਪ ਕਹੂੰਗਾ ਆਪਣੇ ਆਪ ਵਿੱਚ ਭਰੋਸਾ ਰੱਖ ਕੇ ਕਿ ਰੱਬ ਮੇਰੇ ਅੰਦਰ ਹੀ ਆ, ਰੱਬ 'ਤੇ ਭਰੋਸਾ ਰੱਖਣਾ, ਆਪਣੇ ਆਪ 'ਤੇ ਭਰੋਸਾ ਰੱਖਣਾ, ਜੇ ਉਹ ਤਾਕਤ ਜਿਹੜੀ ਸਰਬ ਵਿਆਪਕ ਆ, ਮੈਂ ਵੀ ਉਹਦਾ ਹਿੱਸਾ ਹਾਂ, ਆਈ ਐਮ ਪਾਰਟ ਆਫ ਦੈਟ ਐਨਰਜੀ ਐਜ਼ ਵੈਲ, ਸੋ ਆਈ ਕੈਨ ਡੂ ਦਿਸ। ਇਨਸਟੈਡ ਆਫ ਸੇਇੰਗ ਯੂ ਡੂ ਦਿਸ, ਓ ਸਮਬੜੀ ਐਲਸ ਡਸ ਦਿਸ, ਅ ਪਰਸਨ ਔਨ ਦ ਕਲਾਊਡ ਡਸ ਦਿਸ, ਉੱਤੇ ਬੈਠਾ ਰੱਬ ਕਰੇਗਾ, ਤੂੰ ਇਹ ਨਾ ਕਦੇ ਕਹਿ ਕੇ ਵੇਖ ਕਿ ਮੈਂ ਕਰਾਂਗਾ, ਮੈਂ ਕਰਕੇ ਵੇਖਾਂ। ਕਿਸੇ 'ਤੇ ਆਸ ਕਿਉਂ ਲਾਈ ਬੈਠਾ? ਕਿਸੇ ਪੁਜਾਰੀ 'ਤੇ, ਭਵਾਂ ਉਹ ਪੰਡਿਤ ਹੋਵੇ, ਭਵਾਂ ਉਹ ਗਿਆਨੀ ਬਾਬਾ ਕੋਈ ਹੋਵੇ, ਭਵਾਂ ਉਹ ਕਾਜ਼ੀ ਹੋਵੇ, ਕਿਸੇ 'ਤੇ ਭਰੋਸਾ ਨਾ ਰੱਖੋ। ਇੱਕ ਪਾਂਡਾ ਸੀ, ਤਾਂ ਪੁਜਾਰੀ ਕਹਿ ਲਓ, ਤਾਂ ਉਹ ਹੈ ਨਾ ਜੀ ਇੱਕ ਆਸ ਲਾਈ ਬੈਠਾ ਸੀਗਾ, ਤਾਂ ਸੋਚ ਰਿਹਾ ਸੀ ਕਿ ਮੈਨੂੰ ਹੈ ਨਾ ਜੀ ਦੁੱਧ ਚਾਹੀਦਾ, ਆਈ ਨੀਡ ਮਿਲਕ, ਮੈਨੂੰ ਪਿਆਸ ਲੱਗੀ ਆ ਤਾਂ ਰਾਤ ਨੂੰ ਦੁੱਧ ਪੀ ਕੇ ਸਾਵਾਂਗਾ, ਪਰ ਹੁਣ ਦੁੱਧ ਕਿਵੇਂ ਪੀਵਾਂ? ਹਾਊ ਸ਼ੈਲ ਆਈ ਡਰਿੰਕ ਮਾਈ ਮਿਲਕ? ਹਾਊ ਸ਼ੈਲ ਆਈ ਗੈਟ ਮਿਲਕ? ਸੋ ਹੀ ਥਿੰਕਸ ਟੂ ਹਿਮਸੈਲਫ, ਉਹਨੇ ਸੋਚਿਆ ਕਿ ਮੈਂ ਭਗਤ ਨੂੰ ਕਹਿੰਦਾ ਹਾਂ ਕਿ ਭਗਤਾ ਠਾਕੁਰ ਨੂੰ ਚਾਹੀਦਾ ਆ ਦੁੱਧ, ਦੁੱਧ ਦੀ ਪੂਜਾ ਕਰਨੀ ਆ ਆਪਾਂ, ਵੀ ਗੈਨ ਬੀ ਡੂਇੰਗ ਪੂਜਾ ਵਰਸ਼ਿਪ ਟੂ ਨਾਈਟ ਐਂਡ ਵੀ ਨੀਡ ਮਿਲਕ ਫੋਰ ਦੈਟ ਵਰਸ਼ਿਪ ਬਿਕੋਜ਼ ਵੀ ਗੈਨ ਫੀਡ ਗੋਡ ਵਿਦ ਦੈਟ ਮਿਲਕ। ਸੋ ਭਗਤ ਨੂੰ ਕਿਹਾ, ਭਗਤਾ ਦੁੱਧ ਲੈ ਕੇ ਆਈ, ਰਾਤ ਨੂੰ ਪੂਜਾ ਤਾਂ ਕਰਨ ਤੋਂ ਬਾਅਦ ਦੁੱਧ ਦਾ ਗਲਾਸ ਆਪ ਖੁਦ ਪੀਤਾ, ਜਿਹੜਾ ਬਚਿਆ ਸੀ ਉਹਨੂੰ ਗਰਮ ਕਰਕੇ ਵਿੱਚ ਜਾਮਣ ਪਾ ਕੇ ਤਾਂ ਉਹਨੂੰ ਘੜੇ ਵਿੱਚ ਰੱਖ ਕੇ ਤਾਂ ਰਾਤੋਂ ਰਾਤ ਉਹਦਾ ਦਹੀਂ ਬਣਾਉਣਾ ਸੀ। ਸੋ ਦਾ ਹੀ ਡਰੰਕ ਅ ਗਲਾਸ ਆਫ ਮਿਲਕ ਐਟ ਨਾਈਟ, ਦ ਲੈਫਟ ਓਵਰ ਹੀ ਹੀਟਸ ਟੂ ਮੇਕ ਯੋਗਟ, ਸੋ ਦ ਯੋਗਟ ਕੈਨ ਬੀ ਮੇਡ ਓਵਰ ਦ ਨਾਈਟ। ਸੋ ਹੀ ਪਲੇਸਿਸ ਇਟ ਇਨ ਅ ਕਲੇ ਪੋਟ, ਐਜ਼ ਹੀ ਪੁਟਸ ਇਟ ਦੇਅਰ, ਘੜਾ ਰੱਖਿਆ ਤਾਂ ਉਹਦੀ ਅੱਖ ਲੱਗ ਗਈ, ਹੀ ਫੋਲਸ ਅਸਲੀਪ। ਸੁੱਤਾ ਪਿਆ ਤਾਂ ਸੁਪਨਾ ਆਇਆ, ਸੁਪਨੇ ਵਿੱਚ ਕੀ ਸੋਚ ਰਿਹਾ? ਸੁਪਨੇ ਵਿੱਚ ਕਹਿ ਰਿਹਾ ਕਿ ਇਹਦਾ ਸਵੇਰ ਨੂੰ ਬਣ ਜਾਏਗਾ ਦਹੀਂ, ਦਹੀਂ ਜਦੋਂ ਬਣ ਗਿਆ ਤਾਂ ਫਿਰ ਮੈਂ ਲੋਕਾਂ 'ਚ ਵੇਚ ਵੀ ਸਕਦਾ, ਲੋਕਾਂ 'ਚ ਵੇਚਾਂਗਾ ਤਾਂ ਦਹੀਂ ਵੇਚ ਕੇ ਫਿਰ ਮੈਂ ਕੀ ਕਰਾਂਗਾ, ਫਿਰ ਕਿਤੇ ਨਾ ਕਿਤੇ ਹੋਰ ਦੁੱਧ ਮਿਲ ਜਾਏਗਾ, ਹੋਰ ਦੁੱਧ ਮਿਲ ਜਾਏਗਾ, ਉਹ ਲੋਕਾਂ 'ਚ ਵੇਚਾਂਗਾ, ਵੇਚ ਵੇਚ ਕੇ ਫਿਰ ਮੇਰੇ ਕੋਲ ਮੱਝਾਂ ਆਜੂਗੀਆਂ, ਮੱਝਾਂ ਲੈ ਕੇ ਫਿਰ ਗਾਂ ਦੀ ਗਾਂ ਹੋਰ ਦੁੱਧ ਵੇਚ ਵੇਚ ਕੇ ਫਿਰ ਉਹ ਡੈਰੀ ਫਾਰਮ ਮੈਂ ਕਿਸੇ ਰਾਜੇ ਨੂੰ, ਕਿਸੇ ਅਮੀਰ ਸ਼ਾਹੂਕਾਰ ਨੂੰ ਵੇਚ ਦਾਂਗਾ, ਜਦੋਂ ਉਹਨੂੰ ਵੇਚਾਂਗਾ ਫਿਰ ਮੈਂ ਉਹ ਪੈਸਿਆਂ ਦੇ ਨਾਲ ਹੀਰੇ ਲੈ ਲਾਂਗਾ, ਹੀਰੇ ਲੈਣ ਤੋਂ ਬਾਅਦ ਉਹ ਵੇਚ ਕੇ ਕਿਸੇ ਰਾਜੇ ਨੂੰ, ਤਾਂ ਫਿਰ ਮੈਂ ਇੰਨਾ ਪੈਸਿਆਂ ਵਾਲਾ ਹੋ ਜਾਏਗਾ, ਇੰਨਾ ਮੈਂ ਆਪ ਖੁਦ ਸ਼ਾਹੂਕਾਰ ਬਣ ਜਾਏਗਾ, ਪੁਜਾਰੀ ਤੋਂ ਸ਼ਾਹੂਕਾਰ ਬਣ ਜਾਏਗਾ, ਸ਼ਾਹੂਕਾਰ ਜਦੋਂ ਬਣ ਗਿਆ ਫਿਰ ਮੈਂ ਕਿਸੇ ਅਮੀਰ ਪਰਿਵਾਰ ਵਾਲੀ ਲੜਕੀ ਦੇ ਨਾਲ ਵਿਆਹ ਕਰ ਲਾਂਗਾ, ਜਦੋਂ ਵਿਆਹ ਹੋ ਜਾਏਗਾ ਫਿਰ ਮੇਰੇ ਘਰ ਵਿੱਚ ਮੁੰਡਾ ਹੋਏਗਾ, ਜਦੋਂ ਮੁੰਡਾ ਹੋਏਗਾ ਤਾਂ ਉਹਦੇ ਨਾਲ ਮੈਂ ਹੱਸਾਂਗਾ, ਖੇਡਾਂਗਾ, ਪਰ ਜੇ ਮੁੰਡਾ ਮੇਰੇ ਕਹੇ ਨਾ ਲੱਗਿਆ ਤਾਂ ਫਿਰ ਮੈਂ ਉਹਨੂੰ ਆਪਣੇ ਸੋਟੇ ਨਾਲ ਕੁੱਟਾਂਗਾ। ਜਦੋਂ ਇੱਦਾਂ ਸੋਚ ਰਿਹਾ ਨਾ, ਸੋਟੇ ਨਾਲ ਕੁੱਟਾਂਗਾ, ਕਿਉਂਕਿ ਸੁਪਨਾ ਲੈ ਰਿਹਾ ਸੀ, ਪਰ ਆ ਗਈ ਇੱਕਦਮ ਖਿੱਝ,
ਜਿਹੜੇ ਆਪਣੇ ਕੋਲ ਸੋਟਾ ਉਹਦਾ ਪਿਆ ਸੀ ਚੱਕਿਆ ਤਾਂ ਵਗਾ ਕੇ ਮਾਰਿਆ, ਜਦੋਂ ਮਾਰਿਆ ਤਾਂ ਜਿਹੜਾ ਉਹਦਾ ਘੜਾ ਸੀ ਜਿਹਦੇ ਵਿੱਚ ਦਹੀਂ ਜੰਮਣ ਨੂੰ ਰੱਖਿਆ ਸੀ ਤਾਂ ਉਹ ਵੀ ਉਹਦਾ ਭੰਨ ਹੋ ਗਿਆ। ਸੋ ਹੀ ਇਜ਼ ਡ੍ਰੀਮਿੰਗ, ਐਜ਼ ਹੀ ਇਜ਼ ਡ੍ਰੀਮਿੰਗ ਹੀ ਗੈਟਸ ਦੈਟ ਮਿਲਕ, ਹੀ ਸੈਲਿੰਗ ਦ ਮਿਲਕ, ਹੀ ਇਜ਼ ਬਾਇੰਗ ਕਾਊਜ਼, ਹੀ ਸੈਲਸ ਦ ਮਿਲਕ ਫਰੋਮ ਦ ਕਾਊਜ਼, ਹੀ ਸੈਲਸ ਦ ਡੇਅਰੀ ਫਾਰਮ, ਸੈਲਸ ਦ ਡੇਅਰੀ ਫਾਰਮ ਐਂਡ ਦੈਨ ਹੀ ਬਾਈਜ਼ ਜੂਲਸ ਫਰੋਮ ਦੋਸ ਜੂਲਸ, ਹੀ ਸੈਲਸ ਦੈਮ ਟੂ ਅ ਕਿੰਗ ਐਂਡ ਦੈਨ ਸੈਲਿੰਗ ਦੋਸ ਟੂ ਅ ਕਿੰਗ ਹੀ ਮੇਕਸ ਮੋਰ ਮਨੀ, ਦੈਨ ਹੀ ਇਜ਼ ਡਿਜ਼ਾਇਰਿੰਗ ਇਨ ਇਜ਼ ਡ੍ਰੀਮ ਦੈਟ ਹੀ ਮੈਰੀਜ਼ ਅ ਰਿਚ ਫੈਮਿਲੀ ਗਰਲ, ਆਫਟਰ ਹੀ ਮੈਰੀਜ਼ ਦੈਟ ਗਰਲ ਹੀ ਹੈਜ਼ ਅ ਚਾਇਲਡ, ਹੀ ਹੈਜ਼ ਅ ਬੋਏ, the boy he has fun times with him, and then the boy doesn't obey his command or doesn't obey or listen to him, then he's going to hit him with his walking stick. As he's thinking he's going to hit him with his walking stick, he picks up his actual stick, a walking stick, and hits it on the milk that was in the clay pot. And sofna utthi reh gaya, ghada vi bhaj gaya, sofna vi oda bhaj gaya. And mere kehne da bhav eh hai pyareo, kite na kite ਆਪਾਂ ਵੀ ਸੁਫਣੇ ਸੁਫਣੇ ਰਹਿ ਜਾਂਦੇ ਆ, ਇਹ ਸੋਚਦੇ ਹਾਂ ਫਲਾਨਾ ਸਾਡੇ ਵਾਸਤੇ ਪੂਜਾ ਕਰ ਦੇਗਾ, ਫਲਾਨਾ ਸਾਡੇ ਲਈ ਹਵਨ ਕਰ ਦੇਗਾ, ਫਲਾਨਾ ਸਾਡੇ ਲਈ ਅਰਦਾਸ ਕਰੇਗਾ, ਫਲਾਨਾ ਸਾਡੇ ਵਾਸਤੇ ਪਾਠ ਕਰ ਦੇਗਾ ਤਾਂ ਮੇਰਾ ਕੰਮ ਹੋ ਜਾਏਗਾ, ਮੇਰਾ ਕਾਰਜ ਰਾਸ ਹੋ ਜਾਏਗਾ। ਪਰ ਗੁਰੂ ਨਾਨਕ ਪਾਤਸ਼ਾਹ ਨੂੰ ਕਦੇ ਸੁਣ ਕੇ ਵੇਖੋ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਟੀਚਸ ਅਸ ਕਿ ਆਪ ਕਰ, ਆਪ ਮਿਹਨਤ ਕਰ, ਆਪ ਉੱਦਮ ਕਰ, ਜੇ ਸੁਫਣਾ ਹੈ ਤਾਂ ਆਪ ਸੁਫਣੇ ਨੂੰ ਰਿਐਲਿਟੀ ਤੈਨੂੰ ਆਪ ਬਣਾਉਣੀ ਪੈਣੀ ਆ। ਕੋਈ ਤੇਰਾ ਕੰਮ ਨਹੀਂ ਕਰ ਸਕਦਾ, ਕੋਈ ਤੇਰਾ ਕਾਰਜ ਰਾਸ ਨਹੀਂ ਕਰ ਸਕਦਾ, ਜਿਵੇਂ ਅੱਗੇ ਆਪਣੇ ਕੰਮ ਤੂੰ ਆਪ ਕੀਤੇ ਆ, ਅੱਜ ਵੀ ਤੂੰ ਆਪਣੇ ਵਿੱਚ ਭਰੋਸਾ ਰੱਖ ਕੇ ਕੰਮ ਕਰ। ਬਿਲੀਵ ਇਨ ਯੋਰ ਸੈਲਫ, ਬਿਕੋਜ਼ ਇਫ ਯੂ ਵਾਂਟ ਟੂ ਯੂ ਕੈਨ ਡੂ ਇਟ, ਨਥਿੰਗ ਇਜ਼ ਇੰਪੋਸੀਬਲ ਇਫ ਯੂ ਵਾਂਟ ਟੂ ਮੇਕ ਇਟ ਪੋਸੀਬਲ, ਯੂ ਆਰ ਦਾ ਵਨ ਦੈਟ ਇਜ਼ ਹੋਲਡਿੰਗ ਯੋਰ ਸੈਲਫ ਬੈਕ। ਇੱਕ ਤੂੰ ਆ ਜਿਹੜਾ ਆਪਣੇ ਆਪ ਨੂੰ ਰੋਕ ਰਿਹਾ ਅੱਗੇ ਵਧਣ ਤੋਂ, ਪਰ ਜਿਸ ਦਿਨ ਤੂੰ ਇਹ ਸਮਝ ਲਿਆ ਕਿ ਮੈਂ ਕੀ ਨਹੀਂ ਕਰ ਸਕਦਾ, ਇੱਕ ਹੁੰਦਾ ਇਹ ਆ ਮੈਂ ਕੀ ਕਰ ਸਕਦਾ ਕੁਛ ਨਹੀਂ ਕਰ ਸਕਦਾ, ਇੱਕ ਇਹ ਮੈਂਟੈਲਿਟੀ ਆ ਮੈਂ ਕੀ ਨਹੀਂ ਕਰ ਸਕਦਾ, ਆਈ ਕੈਨ ਡੂ ਐਵਰੀਥਿੰਗ, ਆਈ ਕੈਨ ਅਚੀਵ ਐਵਰੀਥਿੰਗ ਇਫ ਆਈ ਵਾਂਟ ਟੂ। ਬੰਦੇ ਉਹ ਕੰਮ ਕਰ ਲੈਂਦੇ ਆ ਤੁਸੀਂ ਵੇਖੇ ਹੋਣਗੇ ਜਿਹੜੇ ਕਦੇ ਪਿੰਡ ਵਿੱਚ ਆਪਾਂ ਸੋਚਦੇ ਸੀ, ਕਦੇ ਬਚਪਨ 'ਚ ਇਨ ਯੂ ਕੇ ਲਿਵਿੰਗ ਵੀ ਥੋਟ, ਕਦੇ ਸੋਚਿਆ ਸੀ ਇਹ ਕਿੱਥੇ ਅਚੀਵਮੈਂਟ ਕਰ ਲਏਗਾ, ਪਰ ਕਰ ਲਈ ਆ, ਪਹੁੰਚ ਗਿਆ। ਪਰ ਕਿੱਦਾਂ ਪਹੁੰਚਿਆ? ਆਪਣੇ ਆਪ ਵਿੱਚ ਭਰੋਸਾ ਕਰਕੇ, ਆਪਣੇ ਆਪ 'ਤੇ ਯਕੀਨ ਕਰਕੇ। ਉਹ ਪਾਂਡੇ ਵਾਂਗੂ, ਉਹ ਪੁਜਾਰੀ ਵਾਂਗੂ ਕਿਤੇ ਨਾ ਕਿਤੇ ਸੁਫਣਾ ਨਾ ਲੈਂਦਾ ਰਹਿ ਜੀ, ਸੁਫਣੇ ਨੂੰ ਰਿਐਲਿਟੀ ਬਣਾਓ ਆਪਣੇ 'ਤੇ ਭਰੋਸਾ ਕਰਕੇ, ਆਪਣੇ 'ਤੇ ਸਮਝ ਕੇ ਕਿ ਮੇਰੀ ਇੱਕ ਜ਼ਿੰਮੇਵਾਰੀ ਆ, ਜੇ ਮੈਂ ਕੁਛ ਪ੍ਰਾਪਤ ਕਰਨਾ ਤਾਂ ਆਪ ਮੈਨੂੰ ਉੱਦਮ ਕਰਨਾ ਪੈਣਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਆ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਯੂ ਆਰ ਗੋਡ, ਗੋਡ ਇਜ਼ ਵਿਦ ਇਨ ਯੂ, ਦੈਟ ਯੂਨੀਵਰਸਲ ਐਨਰਜੀ ਇਜ਼ ਵਿਦ ਇਨ ਯੂ, ਸੋ ਮੋਟੀਵੇਟ ਯੋਰ ਸੈਲਫ, ਇਨਕਰੇਜ ਯੋਰ ਸੈਲਫ, ਇੰਸਪਾਇਰ ਯੋਰ ਸੈਲਫ ਐਂਡ ਬਿਲੀਵ ਇਨ ਯੋਰ ਸੈਲਫ। ਜੇ ਅੱਜ ਦੀ ਵੀਡੀਓ ਵਧੀਆ ਲੱਗੀ ਜ਼ਰੂਰ ਆਪਣੇ ਸਾਕ ਸੰਬੰਧੀ ਮਿੱਤਰ ਦੋਸਤਾਂ ਵਿੱਚ ਸ਼ੇਅਰ ਕਰਿਓ। ਇਫ ਯੂ ਇੰਜੋਏ ਟੂਡੇਜ਼ ਵੀਡੀਓ ਪਲੀਜ਼ ਡੂ ਸ਼ੇਅਰ ਇਨ ਯੋਰ ਫਰੈਂਡਸ ਐਂਡ ਫੈਮਿਲੀਜ਼, ਲਰਨ and listen and motivate, because you can do this. Don't say that you can't. You can if you want to do it. Believe in yourself and have faith in yourself. Apne aap ch bharosa rakh te apne aap ch yakeen kar ke main kar sakda ha. Thank you very much.